पंजाब न्यूज़ देख रहे सारे ही देश के दर्शकों का मैं हरजीत कौर स्वागत कर दर्शको साढ़े नज अमृतपाल बिरला जी मौजूद ने जिहड़े कि तुसीं देखा कि सब सूरत सिनेमा वर्ड्स उन्हां वालों जी एक सोसाइटी बनाई गई हैगी उहदे विषय च ये जगह जगह जाके सेवावां भी कर रहे हैं तो गलबात करांगे इन्हां नाल गलबात करन तो पहला स्वागत करते जी वाहिगुरू जी का खालसा वाहिगुरू जी की फतेह। अमृतपाल बिरला जी तुसीं पहलां भी आके सेवा करके गए हो तो हुण भी तो लग रहा है कि गर्मी बहुत ज़्यादा होगी तो की तुसीं इत्थे सेवावां जिहड़ियां हो एक्चुअली पिछले बार जो असं आए थे जस्ट सपोर्ट करने वास्ते आए थे फिर इतने जो आके देखा तो उदों भी गर्मी का माहौल बन गया सीगा तो उदों मन किया भी सारे जिन्हें भी मैंबर सीगे उन्होंने उत्थे ही फैसला ले लिया भी आप इन्हों पखे डोनेट करिए असी तो डोनेट करने वाले कोई नहीं बट रल मिल के सारे ने संगत की जो भेटा मतलब इकट्ठी करके असी इन्होंने वास्ते पंजाब पखे की सेवा की है तो उत्थे संयुक्त मोर्चे ने देते पंजाब पखे ਨਾਮ ਸਿੰਘ ਚੜੂਨੀ ਜੀ ਦੇ ਦਫ਼ਤਰ ਦੇ ਕੇ ਹਾਂ ਉੱਥੇ ਦੇਖ ਕੇ ਆ ਗਏ। ਬਿੱਲਾ ਭਾਜੀ ਤੁਸੀਂ ਵੀ ਕਿਸਾਨ ਦਾ ਰੋਲ ਕੀਤਾ ਹੈਗਾ ਕਈ ਫਿਲਮਾਂ ਤੁਹਾਡੀਆਂ ਇਦਾਂ ਆਈਆਂ ਜਿਹੜੀ ਕਿ ਸਿੱਖੀ ਕਿਰਦਾਰ ਨੂੰ ਨਿਭਾਉਂਦੀਆਂ ਨੇ ਤਾਂ ਅਸਲ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਜੋ ਅੱਜ ਸਰਕਾਰ ਵਰਤਾਰਾ ਕਰ ਰਹੀ ਆ ਲਗਾਤਾਰ ਕਿਸਾਨ 113 ਦਿਨ ਹੋ ਗਏ ਬੈਠੇ ਹੋਏ ਨੇ ਪਰ ਕੋਈ ਹੱਲ ਨਹੀਂ ਨਜ਼ਰ ਆ ਰਿਹਾ। बस यही बहुत वड्डा दुख लग रहा है इस गल का भी मैं हुण स्टेज पर भी यही गल करके आया सीगा भी मोदी साहब विक्रमाजीत राजा तो महाराजा रणजीत सिंह तो क्यों नहीं सीखते पूरा तड़फते सीगे जदों तक उन्होंने किसी मतलब राती उन्होंने भेस बदल के ज लोगों के जाना तो लोगों के जो देखनी किसी का दुख तकलीफ है उदों तक उन्होंने प्रशादा नहीं छकना उदों तक जदों तक उन्होंने तकलीफ दूर नहीं करते तड़फते होंगे सके इस राजे डिक्टेटरशिप इन्ना हंकार सिर चढ़ बोलता ये भी ये मन च ही नहीं आ रहा भी मैं इस चीज़ को मतलब इन तड़फ ही नज़र आ रही नज़र नहीं आ रही इन्ने इन्ने बंदे इन्ने बच्चे और इन्ने बजुर्ग जिन्हें भी शहीद होए ने तो इन इन्हें एक मतलब जूं तक नहीं सर की ये कान तक वो मैं मतलब बहुत ज़्यादा तकलीफ करती भी कादा राजा किस तरह का किस किस हंकार च तुरै फिर महाराज जानते वो जानता ਫਿਲਮਾਂ ਦੇ ਵਿੱਚ ਤਸ਼ੱਦਦ ਦੇਖਿਆ ਜੋ ਤੁਸੀਂ ਆਪਣੇ ਪਿੰਡੇ ਤੇ ਹੰਡਾਇਆ ਤਾਂ ਅੱਜ ਤੁਸੀਂ ਰਣਜੀਤ ਸਿੰਘ ਨੂੰ ਦੇਖਦੇ ਕਿ ਜਿਹੜਾ ਇੱਕ ਔਰਤਾਂ ਦੀ ਰਾਖੀ ਦੇ ਲਈ ਮਤਲਬ ਕਿ ਗ੍ਰਿਫਤਾਰ ਹੋ ਗਿਆ ਸੀ ਤਸ਼ੱਦਦ ਸਹਿਆ ਉਹਨਾਂ ਨੇ ਅੱਜ ਉਹ ਰਿਹਾ ਹੋ ਕੇ ਆਏ ਨੇ ਤਾਂ ਨੌਜਵਾਨਾਂ ਦੇ ਵਿੱਚ ਇੱਕ ਬੜਾ ਜੋਸ਼ ਹੈਗਾ ਤੁਸੀਂ ਕਿਸ ਤਰ੍ਹਾਂ ਦੇਖਦੇ ਦੇਖੋ ਬੜੇ ਤਾਰੀਫੇ ਕਾਬਲ ਨੇ ਉਹ ਜਿਨ੍ਹਾਂ ਨੇ ਬਹੁਤ ਮਤਲਬ ਇੰਨਾ ਜਜ਼ਬਾ ਉਹਨਾਂ ਦੇ ਅੰਦਰ ਹੈ ਇੱਥੇ ਰਹਿ ਕੇ ਉਹਨਾਂ ਨੇ ਸਾਰਾ ਕੁਛ ਜੋ ਕੁਛ ਵੀ ਫਿਰ ਆਪਣੇ ਪਿੰਡੇ 'ਤੇ ਹੰਡਾਇਆ ਬੜਾ ਅਸੀਂ ਤਾਂ ਨਕਲੀ ਕਰਕੇ ਵੀ ਇੰਨਾ ਮਹਿਸੂਸ ਕਰਦੇ ਹਾਂ ਤਾਂ ਉਹ ਤਾਂ ਅਸਲ 'ਚ ਉਹਨਾਂ ਨੇ ਮਤਲਬ ਉਹ ਯਾਦ ਆਉਂਦੇ ਨੇ ਉਹ ਤੁਹਾਡੇ ਇਸ ਕਰਕੇ ਦਿਲ ਭਰੇ ਆਉਂਦਾ ਹੈ ਇੱਥੇ ਜਦੋਂ ਵੀ ਆਏਦਾ ਠੀਕ ਹੈ ਜਗ੍ਹਾ ਤੀਰਥ ਸਥਾਨ ਬਣ ਚੁੱਕੀ ਹੈ ਇਹਨਾਂ ਨੇ ਬਹੁਤ ਇੰਨਾ ਸਿਸਟਮੈਟਿਕਲੀ ਮੈਨੂੰ ਲੱਗਦਾ ਵੀ ਇੱਥੇ ਕੋਈ ਗੁਰੂ ਪਾਤਸ਼ਾਹ ਦੀ ਕਲਾ ਵਰਤ ਰਹੀ ਹੈ ਵੀ ਜਿਹੜੇ ਇੰਨੇ ਕੁ ਸੰਯੁਕਤ ਮੋਰਚੇ ਵਾਲੇ ਜਿੰਨੇ ਵੀ ਆਗੂ ਨੇ ਉਹ ਇਕੱਠੇ ਰਹਿਣ ਬੜੀ ਵੱਡੀ ਗੱਲ ਆ ਮਤਲਬ ਹਾਲਾਂਕਿ ਕਿਹਾ ਜਾਂਦਾ ਕਿ ਪੰਜਾਬੀ ਬਿਲਕੁਲ ਇਕੱਠੇ ਰਹਿ ਨਹੀਂ ਸਕਦੇ ਬਟ ਇਹ ਕਮਾਲ ਹੈ ਮੈਨੂੰ ਲੱਗਦਾ ਵੀ ਕਿਤੇ ਕਿਤੇ ਨਾ ਕਿਤੇ ਗੁਰੂ ਪਾਤਸ਼ਾਹ ਦੀ ਕਲਾ ਵਰਤ ਰਹੀ ਹੈ ਉਸ ਬੱਚੇ 'ਤੇ ਵੀ ਵਰਤੀ ਆ ਰਣਜੀਤ ਸਿੰਘ ਹੁਣਾਂ 'ਤੇ ਵੀ ਅਤੇ ਉਹੀ ਕਲਾ ਇੱਥੇ ਵਰਤ ਰਹੀ ਹੈ ਔਰ ਸਾਰੀ ਸੰਗਤ 'ਤੇ ਵਰਤ ਰਹੀ ਹੈ ਕਿਉਂਕਿ ਇੱਥੇ ਜੋ ਗੁਰੂ ਪਾਤਸ਼ਾਹ ਦਾ ਹਿਊਮੈਨਿਟੀ ਦੀ ਜਿਹੜੀ ਗੱਲ ਹੈ ਉਹ ਹਿਊਮੈਨਿਟੀ ਇੱਥੇ ਨਜ਼ਰ ਆਉਂਦੀ ਆ ਇੱਥੇ ਹਰ ਹਰ ਦੇਸ਼ ਕੌਮ ਹਰ ਹਰ ਧਰਮ ਦਾ ਬੰਦਾ ਇੱਥੇ ਸ਼ਾਮਿਲ ਹੋ ਰਿਹਾ ਆਪਣੀ ਆਪਣੇ ਕੋਈ ਅੱਲਾਹ ਨੂੰ ਕੋਈ ਰਾਮ ਨੂੰ ਕੋਈ ਗੁਰੂ ਪਾਤਸ਼ਾਹ ਨੂੰ ਵਾਹਿਗੁਰੂ ਕਰਕੇ ਯਾਦ ਕਰ ਰਿਹਾ ਸੋ ਇਹ ਮਾਹੌਲ ਹੀ ਹੋਰ ਤਰ੍ਹਾਂ ਦਾ ਔਰ ਆਟੋਮੈਟਿਕਲੀ ਆਈ ਥਿੰਕ ਸ਼ਾਇਦ ਤੁਸੀਂ ਵੀ ਇੰਨੇ ਚਿਰ ਤੋਂ ਇੱਥੇ ਗਏ ਤੁਸੀਂ ਵੀ ਅੱਜ ਮੈਨੂੰ ਲੱਗਦਾ ਵੀ ਤੁਹਾਡੇ ਅੰਦਰ ਇਸ ਪੋਜ਼ਿਟਿਵਿਟੀ ਇੰਨੀ ਹੈ ਕਿ ਤੁਹਾਨੂੰ ਵੀ ਜੇ ਕੋਈ ਪ੍ਰੋਬਲਮ ਤਾਂ ਤੁਸੀਂ ਹੰਡਾ ਜਾਓਗੇ ਇਸ ਚੀਜ਼ ਨੂੰ ਮੈਨੂੰ ਇਹ ਲੱਗਦਾ ਜਿਸ ਹਿਸਾਬ ਦਾ ਸਰਕਾਰ ਦਾ ਰਵੱਈਆ ਹੈਗਾ ਤੁਹਾਨੂੰ ਲੱਗਦਾ ਕਿ ਬਿੱਲ ਰੱਦ ਹੋਣਗੇ ਕਰਨਾ ਚਾਹੀਦਾ ਬਿਲਕੁਲ ਹੌਲੀ ਹੌਲੀ ਜੋ ਜਿਵੇਂ ਕਲਾ ਵਰਤਣ ਵਾਲੀ ਗੱਲ ਹੋ ਰਹੀ ਹੈ ਤਾਂ ਲੋਕ ਦੂਰ ਦੂਰ ਤੱਕ ਇਹ ਗੱਲ ਪਹੁੰਚ ਵੀ ਰਹੀ ਹੈ ਸੋ ਇਹ ਲੱਗ ਵੀ ਰਿਹਾ ਵੀ ਕਿਤੇ ਨਾ ਕਿਤੇ ਸ਼ਾਇਦ ਕੋਈ ਨਾ ਕੋਈ ਹਲਚਲ ਹੋਏਗੀ ਪਰ ਜਦੋਂ ਸਾਨੂੰ ਇਹ ਨਹੀਂ ਪਤਾ ਕਦੋਂ ਹੋਣਾ ਕੀ ਹੋਣਾ ਬਟ ਇੰਨਾ ਪਤਾ ਨਿਸ਼ਚੈ ਕਰ ਆਪਣੀ ਜੀਤ ਕਰੋ ਜਿੱਤਾਂਗੇ ਜ਼ਰੂਰ। ਜਿਹੜੇ ਨੌਜਵਾਨ ਤੁਹਾਡੇ ਤੋਂ ਇੰਸਪਾਇਰ ਨੇ ਜਿਹੜੇ ਤੁਹਾਨੂੰ ਫੋਲੋ ਕਰਦੇ ਨੇ ਕਿਉਂਕਿ ਤੁਸੀਂ ਅਸਲ ਜ਼ਿੰਦਗੀ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਰੋਲ ਅਦਾ ਕਰ ਰਹੇ ਹੋ ਜੋ ਤੁਸੀਂ ਫਿਲਮਾਂ ਦੇ ਵਿੱਚ ਕੀਤਾ ਤਾਂ ਉਹ ਨੌਜਵਾਨਾਂ ਨੂੰ ਕੀ ਮੈਸੇਜ ਦੇ ਰਹੇ? ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਵੀ ਜਿੱਦਾਂ ਪਾਣੀ ਲਾਉਣ ਦੀ ਵਾਰੀਆਂ ਚੱਲਦੀਆਂ ਨੇ ਪਿੰਡਾਂ ਦੇ ਵਿੱਚ ਤੁਸੀਂ ਕਿਸਾਨੀ ਕਰਦੇ ਹੋ ਤਾਂ ਉਸੇ ਤਰ੍ਹਾਂ ਉਹ ਵਾਰੀ ਬੰਨ ਕੇ ਇੱਥੇ ਜ਼ਰੂਰ ਆਓ ਜ਼ਰੂਰ ਪਹੁੰਚੋ ਹਰ ਹਾਲਤ 'ਚ ਪਹੁੰਚੋ 26 ਜਨਵਰੀ ਵਾਲੇ ਨੂੰ ਉਸ ਮਸਲੇ ਨੂੰ ਭੁੱਲ ਜਾਓ ਮੁੱਦਾ ਇੱਕੋ ਹੀ ਹੈ ਅਸੀਂ ਉਹ ਆਪਣਾ ਕਾਲੇ ਕਾਨੂੰਨ ਰੱਦ ਕਰਾਉਣੇ ਨੇ ਔਰ ਕਿਤੇ ਪਿੱਛੇ ਨਾ ਹਟ ਜਿਓ ਅਤੇ ਜਿਵੇਂ ਅਸੀਂ ਸਪੋਰਟ ਕਰਨ ਵਾਸਤੇ ਆ ਰਹੇ ਸਾਰੇ ਜਿੰਨੇ ਵੀ ਸਾਡੇ ਨਾਲ ਨੌਜਵਾਨ ਵੀ ਬਹੁਤ ਨੇ ਉਹ ਸਾਰੇ ਨਾਲ ਹੀ ਆਉਂਦੇ ਨੇ ਸਾਰੇ ਸਪੋਰਟ ਕਰਨ ਵਾਸਤੇ ਅਤੇ ਮਤਲਬ ਆਪਣਾ ਫਰਜ਼ ਸਮਝ ਕੇ ਜ਼ਰੂਰ ਇੱਥੇ ਮੋਰਚੇ 'ਚ ਪਹੁੰਚਿਆ ਕਰੋ ਵਾਰੋ ਵਾਰੀ ਨਾਲ
सारे काम हो जाएंगे, गुरु पातशाह आप करेंगे। किसानी अंदोलन से कोई फिल्म बना रहे हो? नहीं फिलहाल तो कोई, एक शॉर्ट मूवी पहला बनाई सी कि असी तो वो रिलीज़ हो चुकी है, अगे देखते हैं कुछ ना कुछ, जे हम जिदे आते रहते हैं तो कोई ना कोई आइडिया जरूर मिलता। सो महाराज करे वो आइडिया आप विस्तार से लैके फिल्म बना सकते। धन्यवाद थोड़ा। सो दर्शको तुहानू पता ही है कि किसे पहचान दे मोहताज नहीं है। अमृतपाल बिल्ला जी अपनी नवी सोच लैके इस किसानी अंदोलन चाहिए ने, नौजवानों भी एक मैसेज दे रहे हैं कि काले कानून रद्द करवाने ने, जितना है तो जंग जित के ही वापस जाना है। सो बने रहो पंजाब न्यूज़ के साथ। धन्यवाद।